You're listening to CNN Toronto, Chawla News Network Toronto. ਤੇ ਵੈਲਕਮ ਜੀ ਆਨੂੰ, ਸਤਿ ਸ੍ਰੀ ਅਕਾਲ ਪ੍ਰਿਆ ਜੀ, ਸਾਰਿਆਂ ਨੂੰ ਕੀ ਹਾਲ ਚਾਲ? ਠੀਕ ਹੋ? ਹਾਂਜੀ। 9058131320 ਅਖਬਾਰਾਂ ਬੋਲਦੀਆਂ ਸੈਗਮੈਂਟ ਤੋਂ ਲੈ ਕੇ ਤੁਸੀਂ ਵੱਖ ਵੱਖ ਖਬਰਾਂ ਜਿਹੜੀਆਂ ਨੇ ਸੁਣ ਚੁੱਕੇ ਹੋ, ਤੁਹਾਡੇ ਵੱਖ ਵੱਖ ਮੈਸੇਜ ਵੀ ਆਏ ਨੇ, ਬਹੁਤ ਬਹੁਤ ਸ਼ੁਕਰੀਆ। ਹੁਣ ਅਗਲੇ 25 ਮਿੰਟ ਨੇ ਤੁਸੀਂ ਸਵਾਲ ਕਰਨਾ ਹੈ, ਮੋਸਟ ਵੈਲਕਮ ਹੈ। ਨੰਬਰ 905-813-1320 ਸਾਥ ਦੇ ਰਹੇ ਨੇ ਮੇਰਾ ਸਟੂਡੀਓ ਦੇ ਵਿੱਚ ਮੈਡਮ ਅੰਜੂ ਸਿੱਕਾ ਜੀ, ਔਰ ਸਟੂਡੀਓ ਦੇ ਨੰਬਰ 905-813-1320 ਹੈ, ਤੁਸੀਂ ਕਾਲ ਕਰ ਸਕਦੇ ਹੋ। ਅੱਛਾ ਮਿੰਟੂ ਜੀ, ਅਕਸਰ ਸਾਡੇ ਦੇਸ਼ ਦੀਆਂ ਸਰਕਾਰਾਂ ਤਜਰਬੇ ਕਰਨ ਵਾਸਤੇ ਵੱਖ ਵੱਖ ਦੇਸ਼ਾਂ ਦੇ ਵਿੱਚ ਆਪਣੇ ਵਫਦ ਭੇਜਦੇ ਨੇ। ਪਤਾ ਲੱਗਾ ਹੈ ਕਿ ਹੁਣ ਅਧਿਆਪਕ ਜਾਣਗੇ ਫਿਨਲੈਂਡ। ਦੇਖੋ, ਜਿਹੜਾ ਫਿਨਲੈਂਡ ਦਾ ਉਹਦਾ ਜਿਹੜਾ ਕਹਿ ਲਓ ਕਿ ਅਕਾਦਮਿਕ ਢਾਂਚਾ ਹੈ, ਸਕੂਲੀ ਢਾਂਚਾ ਹੈ, ਬਹੁਤ ਜ਼ਬਰਦਸਤ ਹੈ। ਮੈਂ ਕਰੋਨਾ ਕਾਲ 'ਚ ਪੜ੍ਹਿਆ ਸੀ ਫਿਨਲੈਂਡ, ਉਦੋਂ ਫ੍ਰੀ ਹੁੰਦੇ ਸੀਗੇ ਤੇ ਕਈ ਚੀਜ਼ਾਂ ਜਿਹੜੀਆਂ ਉਹ ਨਵੀਆਂ ਸਿੱਖਣ ਨੂੰ ਪੜ੍ਹਨ ਨੂੰ ਮਿਲੀ। ਤਾਂ ਫਿਨਲੈਂਡ ਹੋਇਆ ਜਾਂ ਜਿੱਦਾਂ ਹੋਰ ਕਈ ਮੁਲਕ ਆ, ਫਰਾਂਸ ਦੇ ਵਿੱਚ ਵੀ ਸ਼ਾਇਦ ਜੇ ਤੁਸੀਂ ਦੇਖੋਗੇ ਤਾਂ ਬਹੁਤ ਵਧੀਆ ਉਹਨਾਂ ਦੀ ਸਕੂਲੀ ਸਿੱਖਿਆ। ਤਾਂ ਗੱਲ ਇਹ ਆ ਕਿ ਚਲੋ ਅਧਿਆਪਕ ਕੋਈ ਚਲਾ ਜਾਵੇ, ਕੋਈ ਉਹਦੇ ਚ ਹੈ ਨੀ। ਅੱਗੇ ਇਹਨਾਂ ਨੇ ਸਿੰਗਾਪੁਰ ਭੇਜੇ ਸਨ, ਸਿੰਗਾਪੁਰ ਚਲੇ ਗਏ ਸੀਗੇ ਅਧਿਆਪਕ, ਤਾਂ ਉੱਥੋਂ ਕੁਛ ਮਤਲਬ ਕਿ ਉਹਨਾਂ ਨੇ ਸਿੱਖਿਆ ਹੋਏਗਾ, ਕੋਈ ਗਿਆਨ ਹਾਸਲ ਕੀਤਾ ਹੋਏਗਾ, ਤਾਂ ਉਹਦੀ ਇਹਨਾਂ ਨੂੰ ਕੋਈ ਆਉਟਪੁੱਟ ਮਿਲੀ ਹੋਏਗੀ। ਉਹ ਕੀ ਮਿਲੀ ਆ ਉਹ ਤੇ ਇਹੀ ਦੱਸ ਸਕਦੇ ਆ, ਪਰ ਇਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ ਬਈ ਅਸੀਂ 72 ਅਧਿਆਪਕਾਂ ਨੂੰ, ਜਿਹੜੇ ਵੀ ਕੋਈ ਇਸ਼ੂ ਹੋਣਗੇ ਪ੍ਰਾਇਮਰੀ ਅਧਿਆਪਕ, ਉਹ ਆਨਲਾਈਨ ਅਪਲਾਈ ਕਰ ਲੈਣ, ਕਿਉਂਕਿ ਅਸੀਂ 72 ਅਧਿਆਪਕਾਂ ਨੂੰ ਫਿਨਲੈਂਡ ਭੇਜਾਂਗੇ। ਅੰਤਰਰਾਸ਼ਟਰੀ ਪੱਧਰ ਦੀ ਯਾਨੀ ਟ੍ਰੇਨਿੰਗ ਜਿਹੜੀ ਹੈ ਉਹ ਹਾਸਲ ਕਰ ਸਕਣ, ਪੂਰੇ ਸਕਿਲਡ ਹੋਣ ਤੇ ਆ ਕੇ ਉਹਨਾਂ ਦੇ ਤਜਰਬਿਆਂ ਦਾ ਲਾਹਾ ਜਿਹੜਾ ਹੈ ਉਹ ਇੱਥੇ ਮਿਲੇ। ਦੇਖੋ ਗੱਲ ਇਹ ਆ ਕਿ ਫਿਰ ਮੇਨਲੀ ਤਾਂ ਜੇ ਤੁਸੀਂ ਦੇਖੋਗੇ, ਠੀਕ ਹੈ, ਅਧਿਆਪਕ ਤਾਂ ਚਲੋ ਕੋਈ ਸਿੱਖ ਆਏਗਾ ਤਾਂ ਇੱਥੇ ਆ ਕੇ ਉਹ ਆਪਣਾ ਜੋ ਵੀ ਦੇਣਾ ਉਹਨੇ ਉਹਦੇ ਵਿੱਚ ਉਹ ਸ਼ਾਮਿਲ ਕਰ ਲਏਗਾ, ਕੁਛ ਗੱਲਾਂ ਬੱਚਿਆਂ ਨੂੰ ਐਕਸਟਰਾ ਉਹ ਚਲੋ ਆਡੀਸ਼ਨ ਕਰਕੇ ਦੱਸੇਗਾ। ਪਰ ਗੱਲ ਇਹ ਆ ਕਿ ਜੇ ਫਿਰ ਅਸੀਂ ਫਿਨਲੈਂਡ ਵਰਗੇ ਨੂੰ ਯਾਨੀ ਉਸ ਕਹਿ ਲਓ ਕਿ ਢਾਂਚੇ ਨੂੰ ਇੱਕ ਮਾਡਲ ਮੰਨਦੇ ਹਾਂ ਤਾਂ ਫਿਰ ਸਾਨੂੰ ਫੋਲੋ ਵੀ ਕਰਨਾ ਚਾਹੀਦਾ। ਉਹ ਤੇ ਮੈਨੂੰ ਲੱਗਦਾ 7 ਸਾਲ ਤੱਕ ਤੇ ਬੱਚੇ ਨੂੰ ਪੜ੍ਹਾਉਂਦਾ ਹੀ ਨਹੀਂ ਹੈ, ਤੇ ਇੱਥੇ ਤੇ 3 ਸਾਲ ਦੇ ਬੱਚੇ ਨੂੰ ਹੀ ਮਾਂ ਤੋਂ ਤੋੜ ਕੇ ਸੁੱਟ ਦਿੱਤਾ ਜਾਂਦਾ। ਜਦਕਿ ਮੈਂ ਤੇ ਜਿੰਨੀਆਂ ਵੀ ਕਹਿ ਲਓ ਕਿਤਾਬਾਂ ਪੜ੍ਹੀਆਂ ਜਾਂ ਜੋ ਵੀ ਹੁਣ ਤੱਕ ਦਾ ਮੇਰਾ ਨਿਚੋੜ ਆ ਜ਼ਿੰਦਗੀ ਦਾ, ਮੇਰਾ ਨਿਚੋੜ ਇਹ ਕਹਿੰਦਾ ਆ ਕਿ ਸਭ ਤੋਂ ਵਧੀਆ ਸਿੱਖਣ ਦੀ ਜਿਹੜੀ ਪ੍ਰਾਇਮਰੀ ਸਟੇਜ ਹੁੰਦੀ ਆ ਉਹ ਮਾਂ ਦੇ ਕੋਲ ਹੀ ਹੁੰਦੀ ਆ, ਘਰ ਦੇ ਕੋਲ ਹੀ ਹੁੰਦੀ ਆ। 5-7 ਸਾਲ ਤੱਕ ਜੋ ਵੀ ਉਹਦੀ ਕ੍ਰੀਏਟਿਵਿਟੀ ਆ ਬੱਚੇ ਦੀ ਉਹ ਨਿਖਰਨੀ ਚਾਹੀਦੀ ਆ, ਉਹ ਮੌਕਾ ਮਿਲਣਾ ਚਾਹੀਦਾ। ਇੱਥੇ ਤੇ 3-3 ਸਾਲ ਦੇ ਬੱਚੇ ਨੂੰ ਆਂਗਣਵਾੜੀ 'ਚ ਸੁੱਟਿਓ, ਪਲੇ ਵੇ ਕਿਹੜੇ ਸਕੂਲ ਹੈ ਉਹਨਾਂ ਚ ਪਾਇਓ। ਜਦਕਿ ਜੇ ਅਸੀਂ ਇਸ ਤੋਂ ਉਲਟ ਜਪਾਨ ਨੂੰ ਵੀ ਦੇਖਦੇ ਹਾਂ ਤਾਂ ਜਪਾਨ ਦੇ ਵਿੱਚ ਵੀ ਛੋਟੇ ਛੋਟੇ ਬੱਚਿਆਂ ਨੂੰ, ਠੀਕ ਹੈ ਉਹ ਵੀ 3-4 ਸਾਲ ਦੇ ਬੱਚੇ ਨੂੰ ਬਾਹਰ ਕੱਢਦੇ ਨੇ, ਪਰ ਉਹ ਸਿਖਾਉਂਦੇ ਇੱਕ ਵੱਖਰੇ ਢੰਗ ਨਾਲ। ਤਾਂ ਗੱਲ ਇਹ ਕਿ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਮਤਲਬ ਕਿ ਇੱਕ ਮਾਡਲ ਮੰਨਦੇ ਹਾਂ ਤਾਂ ਮੇਰੇ ਖਿਆਲ ਦੇ ਨਾਲ ਫਿਰ ਉਸ ਮਾਡਲ ਤੋਂ ਬਹੁਤ ਕੁਛ ਸਿੱਖਣ ਦੀ ਜ਼ਰੂਰਤ ਆ ਜੀ। ਦੂਜੀ ਗੱਲ ਇਹ ਕਿ ਚਲੋ ਅਧਿਆਪਕ ਜਾਣ ਕੋਈ ਦਿੱਕਤ ਨਹੀਂ ਹੈਗੀ, ਪਰ ਠੀਕ ਹੈ ਕਿ ਇਹਨਾਂ ਨੂੰ ਫਿਨਲੈਂਡ ਤੇ ਭੇਜ ਰਹੇ ਹੋ, ਇਹਨਾਂ ਨੂੰ ਘਰਾਂ ਦੇ ਨੇੜੇ ਵੀ ਭੇਜ ਦਿਓ। ਆ ਕਿੰਨੇ ਐਕਸੀਡੈਂਟ ਹੋਏ ਆ ਜਿਹੜੇ ਸਾਡੇ ਇਧਰੋਂ ਸਟੂਡੈਂਟ ਮੁੜ ਕੇ ਗਾਂ ਚਲੋ ਟੀਚਿੰਗ ਲਾਈਨ ਆਏ,
ਨੌਜਵਾਨ ਆ ਉਹਨਾਂ ਨੂੰ ਜੋਬ ਮਿਲੇ ਤਾਂ ਉਹ ਅਬੋਹਰ ਯਾਨੀ ਆ ਮੇਰੇ ਪਿੰਡ ਤੋਂ ਤਰਨ ਤਰਨ ਜਾਂਦੇ ਨੇ ਡਿਊਟੀ ਕਰਨ ਤਰਨ ਤਾਰਨ ਜ਼ਿਲ੍ਹੇ ਤੇ ਉਹ ਉਹ ਕਿੰਨੇ ਮਰ ਗਏ ਸੀਗੇ ਦੋ ਵਾਰੀ ਹੋਏ ਵੱਡੇ ਸੜਕ ਹਾਦਸੇ ਸੜਕ ਹਾਦਸਾ ਹੋਇਆ ਸਰ ਉਹਦੇ ਚ ਟੀਚਰ ਮਰ ਗਏ ਸਨ ਐਫ ਐਫ ਰੋਡ ਤੇ ਹੋਇਆ ਫਾਜ਼ਿਲਕਾ ਫਿਰੋਜ਼ਪੁਰ ਰੋਡ ਤੇ ਤੋ ਕਹਿਣ ਦਾ ਮਤਲਬ ਹੈ ਕਿ ਬਦਲੀ ਨੀਤੀ ਤਾਂ ਸਾਥੋਂ ਬਣ ਨਹੀਂ ਰਹੀ ਉਹਦੇ ਚ ਜਿਹਦੀ ਸਿਫਾਰਿਸ਼ ਹੈ ਜਿਹਦਾ ਜ਼ੋਰ ਹੈ ਉਹ ਤੇ ਆ ਜਾਂਦਾ ਪਰ ਕਹਿਰੇ ਦੇ ਮੁਤਾਬਕ ਮੇਰਾ ਇੱਕ ਦੋਸਤ ਸੀਗਾ ਉਹਦੀ ਵਾਈਫ ਜਿਹੜੀ ਹੈ ਉਹ ਕਹਿ ਲਓ ਕਿ ਪ੍ਰੈਗਨੈਂਟ ਸੀ ਟੀਚਰ ਸੀ ਜਲਾਲਾਬਾਦ ਹੁਣ ਸਾਡੇ ਮਲੋੜ ਤੋਂ ਜਲਾਲਾਬਾਦ ਜੇ ਲਾਈਏ ਤਾਂ ਮੇਰੇ ਖਿਆਲ ਦੇ ਨਾਲ ਡੇਢ ਦੋ ਘੰਟੇ ਲੱਗ ਜਾਂਦੇ ਨੇ ਇੱਕ ਇੱਕ ਸਾਈਡ ਦੇ ਯਾਨੀ ਉਹਨੂੰ ਜਿਹੜੀ ਪ੍ਰੈਗਨੈਂਟ ਲੇਡੀ ਆ ਉਹਨੂੰ ਦੋ ਤਿੰਨ ਘੰਟਿਆਂ ਦਾ ਤਾਂ ਡੇਲੀ ਸਫ਼ਰ ਹੀ ਕਰਨਾ ਪਊਗਾ ਬਿਲਕੁਲ 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 ਜੇ ਜੇ ਆਪਦੀ ਸਵਾਰੀ ਹੋਵੇ ਕਾਰ ਵਗੈਰਾ ਜੇ ਉਹ ਬੱਸ ਤੇ ਜਾਏਗੀ ਤਾਂ ਸ਼ਾਇਦ ਚਾਰ ਪੰਜ ਘੰਟੇ ਲੱਗ ਜਾਣਗੇ ਤੇ ਡੇਲੀ ਅਪਡੇਟ ਕੌਣ ਕਰੂਗਾ ਡੇਲੀ ਅਪ ਡਾਊਨ ਡੇਲੀ ਅਪ ਡਾਊਨ ਕਰਨਾ ਉਹਨੇ ਚਾਰ ਚ ਤਿੰਨ ਘੰਟੇ ਵੀ ਆ ਦੋ ਘੰਟੇ ਵੀ ਆ ਉਹਨੇ ਘਰੇ ਖਾਣਾ ਵੀ ਖਾਣਾ ਬਣਾਉਣਾ ਵੀ ਆ ਸਕੂਲ ਜਾਣਾ ਫਿਰ ਸਕੂਲ ਤੋਂ ਫਿਰ ਵਾਪਸੀ ਉਹਨੇ ਚਾਰ ਘੰਟੇ ਤੇ ਉਹਦੇ ਇਹ ਲੰਘੇ ਜੇ ਇੱਕ ਬੱਸ ਮਿਸ ਹੋ ਗਈ ਉਹਨਾਂ ਨੇ ਅਪਲਾਈ ਕੀਤਾ ਉਹਨਾਂ ਨੇ ਅਪਲਾਈ ਕੀਤਾ ਉਹਨਾਂ ਦਾ ਕੇਸ ਬਣਦਾ ਸੀਗਾ ਤੇ ਉਹਨਾਂ ਦੇ ਪਿੰਡ ਹੀ ਕਹਿ ਲਓ ਕਿ ਪੋਸਟ ਵੀ ਸੀਗੀ ਉਹ ਖਾਲੀ ਨਹੀਂ ਨਹੀਂ ਕਰ ਸਕੇ ਹੁਣ ਗਿੱਦੜਵਾਦ ਦਾ ਇਲੈਕਸ਼ਨ ਆਏਗਾ ਮੈਂ ਕਿਹਾ ਚਲੋ ਹੁਣ ਤੁਹਾਡਾ ਮਸਲਾ ਹੱਲ ਹੋ ਜਾਣਾ ਹੁਣ ਤਾਂ ਤੁਹਾਡੇ ਘਰੇ ਵੀ ਆ ਜਾਣਗੇ ਸੋ ਇਸ ਕਰਕੇ ਮਤਲਬ ਕਿ ਇਹ ਸਮੱਸਿਆਵਾਂ ਨੇ ਕਿ ਸਾਨੂੰ ਦੇਖਣਾ ਪਵੇਗਾ ਠੀਕ ਹੈ ਮੈਂ ਨਹੀਂ ਕਹਿੰਦਾ ਕਿ ਸੁਧਾਰ ਨਹੀਂ ਹੁੰਦੇ ਸਕੂਲੀ ਸਿੱਖਿਆ ਚ ਚਲੋ ਸੁਧਾਰ ਵੀ ਚੱਲਦੇ ਰਹਿੰਦੇ ਆ ਪਰ ਬਹੁਤ ਸਾਰੇ ਸਾਡੇ ਕਹਿ ਲਓ ਕਿ ਨੁਕਸ ਹੈਗੇ ਆ ਉਹਨਾਂ ਨੂੰ ਦੂਰ ਕਰਨ ਦੀ ਵੀ ਜ਼ਰੂਰਤ ਹੈ 905-813-1320 905-813-1320 ਜੀ ਮਿੰਟੂ ਜੀ ਹਰਿਆਣਾ ਦੇ ਵਿੱਚ ਕੀ ਚੱਲ ਰਹੀ ਹੈ ਪੋਲੀਟੀਕਲ ਸਥਿਤੀ ਦੇਖੋ ਹਰਿਆਣੇ ਦੇ ਵਿੱਚ ਸੀਟਾਂ ਫਸੀਆਂ ਨੇ ਹਰਿਆਣੇ ਦਾ ਜਿਹੜਾ ਇਲੈਕਸ਼ਨ ਹੈ ਨਾ ਉਹ ਕਹਿ ਲਓ ਵੈਸੇ ਮੇਰਾ ਮੰਨਣਾ ਮੈਂ ਥੋੜਾ ਉਲਟ ਸੋਚਣ ਵਾਲਾ ਵਿਅਕਤੀ ਹਾਂ ਜਿਵੇਂ ਮਤਲਬ ਕਿਉਂਕਿ ਥੋੜੇ ਜਿਹੇ ਤੁਹਾਨੂੰ ਨਾ ਅੰਕੜੇ ਯਾਦ ਰੱਖਣੇ ਚਾਹੀਦੇ ਅੰਕੜੇ ਬਹੁਤ ਅੱਛੀ ਚੀਜ਼ ਹੁੰਦੀ ਆ 2009 ਦੇ ਵਿੱਚ ਕੀ ਹੋਇਆ ਸੀਗਾ ਕਿ ਭੁਪਿੰਦਰ ਹੁ੡ਡਾ ਨੂੰ ਕਹਿ ਰਹੇ ਸੀਗੇ ਕਿ ਇਹਦੀ ਅਗਵਾਈ ਚ ਕਾਂਗਰਸ 65 ਲੈ ਜਾਏਗੀ 70 ਲੈ ਜਾਏਗੀ ਪਰ ਹੋਇਆ ਕੀ ਸੀ ਵਾਪਰਿਆ ਕੀ ਸੀਗਾ ਕਾਂਗਰਸ 40 ਦੇ ਨੇੜੇ ਸੀ ਤਾਂ ਫਿਰ ਹਜਕਾ ਨੂੰ ਤੋੜ ਕੇ ਸਰਕਾਰ ਬਣਾਈ ਗਈ ਸੀ ਹੁੱਡਾ ਬਾਰੇ ਤਾਂ ਇਸੇ ਤਰ੍ਹਾਂ ਜੇ ਤੁਸੀਂ ਅੱਗੇ ਆ ਜਾਓਗੇ 14 ਤਾਂ ਚਲੋ ਵਨ ਸਾਈਡਡ ਸੀਗਾ 19 ਚ ਕੀ ਕਿਹਾ ਗਿਆ 19 ਚ ਭਾਜਪਾ ਜੀ ਛੱਡਦੀ ਨੀ 60-65 ਮੈਨੂੰ ਯਾਦ ਹੈ ਮੈਂ ਆਪਦੇ ਸਹੁਰਿਆਂ ਤੇ ਸੀਗਾ ਉਦਨ ਜਦੋਂ ਰਿਜ਼ਲਟ ਆਇਆ ਭਾਜਪਾ ਡਿੱਗ ਪਈ ਸਰ ਵੇਖੋ ਵੇਖੋ ਸਮਾਂ ਵੀ ਚੇਤੇ ਆ ਟਿਕਾਣਾ ਵੀ ਚੇਤੇ ਆ ਸਹੁਰਿਆਂ ਦੇ ਸੀ ਜਵਾਈ ਭਾਈ ਦੀ ਸੇਵਾ ਹੁੰਦੀ ਹੈ ਨਾ ਉਦਨ ਦਾ ਚੇਤਾ ਕਿਸ ਤਰ੍ਹਾਂ ਦੀ ਸੀਕੁਐਂਸ ਯਾਦ ਹੈ ਮਿੰਟ ਜੀ ਨਹੀਂ ਨਹੀਂ ਬਿਲਕੁਲ ਬਿਲਕੁਲ ਮੈਂ ਰੱਖਦਾ ਜੀ ਉਦਨ ਹੀ ਰਿਜ਼ਲਟ ਆਇਆ ਤਾਂ ਮੈਂ ਹੈਰਾਨ ਰਹਿ ਗਿਆ ਕਿ ਭਾਜਪਾ ਜਿਹੜੀ ਆ ਉਹ ਬਹੁਮਤ ਤੋਂ ਦੂਰ ਰਹਿ ਗਈ ਯਾਨੀ ਇੱਕ ਵਾਰੀ ਹੁੱਡਾ ਨਾਲ ਹੋਇਆ ਇਸੇ ਤਰ੍ਹਾਂ ਦੂਸਰੀ ਮਰਤਬਾ ਭਾਜਪਾ ਨਾਲ ਸੇਮ ਹੋ ਗਿਆ ਕਿ ਇਹਨਾਂ ਨੂੰ ਕਿਹਾ ਗਿਆ ਕਿ 60 ਲੈ ਜੂਗੇ ਜੀ 65 ਲੈ ਜੂਗੇ ਜੀ 70 ਲੈ ਜੂਗੇ ਫਲਾਨ ਹੋ ਜਾਏਗਾ ਟਮਕਾਨ ਹੋ ਜਾਏਗਾ ਤੁਸੀਂ 19 ਚ ਦੇਖੋ ਨਾਲੇ ਮੋਦੀ ਸਾਹਿਬ ਦੀ ਚੜ੍ਹਤ ਵੀ ਐਸੀ ਸੀਗੀ ਕਿ ਗੱਲਾਂ ਹੀ ਗਾਂਹ ਦੀਆਂ ਪਰ ਹੋਇਆ ਕੀ ਸੀਗਾ ਕਿ 19 ਦਾ ਜਿਹੜਾ ਕਹਿ ਲਓ ਕਿ ਲੋਕ ਸਭਾ ਦਾ ਇਲੈਕਸ਼ਨ ਸੀਗਾ ਤਾਂ ਫਿਰ ਵਿਧਾਨ ਸਭਾ ਦਾ ਇਲੈਕਸ਼ਨ ਕੁਛ ਮਹੀਨਿਆਂ ਦੇ ਵਕਫੇ ਨਾਲ ਮੂਡ ਸ਼ੇਅਰ ਡਿੱਗ ਪਿਆ ਸੀਗਾ ਹੁਣ ਵੈਸੀ ਗੱਲ ਫੇਰ ਕਾਂਗਰਸ ਇੰਨੀ ਲੈ ਜਾਏਗੀ ਇੰਨੀ 60 ਲੈ ਜਾਏਗੀ 65 ਐਸਾ ਸਭ ਕੁਛ ਨਹੀਂ ਹੈ ਠੀਕ ਹੈ ਕਾਂਗਰਸ ਉੱਥੇ ਲੀਡ ਦੇ ਵਿੱਚ ਆ ਇਹ ਗੱਲ ਮੰਨਣੀ ਪਊਗੀ ਖਾਸ ਤੌਰ ਤੇ ਪੇਂਡੂ ਜੇ ਆਪਾਂ ਦੇਖੀਏ ਤਾਂ ਪੇਂਡੂ ਇਲਾਕਿਆਂ ਚ ਕਾਂਗਰਸ ਕਾਫੀ ਮਜ਼ਬੂਤ ਹੈ ਉੱਥੇ ਕਹਿ ਲਓ ਬਾਕੀ ਹੁਣ ਇੱਕ ਸਰਵੇ ਆ ਦੈਨਿਕ ਭਾਸਕਰ ਦਾ
ਜਿਹਦੀ ਬੜੀ ਚਰਚਾ ਹੋ ਰਹੀ ਹੈ ਕਿ ਦੇਖੋ ਜੀ 38 to 40 ਕਾਂਗਰਸ ਲੈ ਜਾਏ, 18 to 20 ਭਾਜਪਾ। ਯਾਨੀ ਇੱਕ ਗੱਲ ਤੇ ਤੈਅ ਆ ਕਿ ਵੱਡੇ ਵੱਡੇ ਜਿਹੜੇ ਮੀਡੀਆ ਹਾਊਸ ਨੇ, ਜਿਹਨਾਂ ਨੂੰ, ਕਿਉਂਕਿ ਮੈਂ ਖੁਦ ਇਹੋ ਜਿਹੇ ਅਦਾਰਿਆਂ ਚ ਕੰਮ ਕੀਤਾ, ਭਾਸਕਰ ਚ ਵੀ ਕੀਤਾ ਹੋਇਆ ਮੈਂ, ਤਾਂ ਗੱਲ ਇਹ ਹੈ ਕਿ ਇਹਨਾਂ ਦਾ ਨੈਟਵਰਕ ਬਹੁਤ ਤਕੜਾ ਹੁੰਦਾ ਹੈ। ਇਹਨਾਂ ਦੇ ਸਟਿੰਗਰ ਤੋਂ ਲੈ ਕੇ ਕਹਿ ਲਓ ਕਿ ਬਿਊਰੋ ਤੱਕ ਕਾਫੀ ਮਿਹਨਤ ਕਰਦੇ ਆ, ਇਹਦੇ ਚ ਕੋਈ ਸ਼ੱਕ ਨਹੀਂ ਹੈ। ਤਾਂ ਗੱਲ ਇਹ ਆ ਕਿ ਇਹਨਾਂ ਨੇ ਠੀਕ ਹੈ ਇੱਕ ਇਸ ਗੱਲ ਤੇ ਮੋਹਰ ਤੇ ਲਾ ਦਿੱਤੀ ਕਿ ਭਾਜਪਾ ਉੱਥੇ ਪਛੜ ਗਈ। ਪਛੜੀ ਕਿਉਂ ਆ, ਉਹਦੇ ਤੇ ਬਹੁਤ ਲੰਮਾ ਚੌੜਾ ਵਿਸ਼ਲੇਸ਼ਣ ਹੋ ਸਕਦਾ ਹੈ, ਉਹਦੇ ਚ ਖੱਟਰ, ਉਹਦੇ ਚ ਮਤਲਬ ਕਿ ਹੋਰ ਕੋਈ ਇਹੀ ਚੀਜ਼ਾਂ ਤੁਹਾਨੂੰ ਮਿਲ ਜਾਣਗੀਆਂ ਕਿ ਬੇਰੁਜ਼ਗਾਰੀ ਆ ਉੱਥੇ ਵੀ, ਹੁਣ ਤੁਸੀਂ ਦੇਖਿਆ ਹੋਣਾ ਪੰਜਾਬ ਵਾਂਗੂ ਸਮੱਸਿਆਵਾਂ ਨੇ, ਪ੍ਰਵਾਸ ਦੀਆਂ ਸਮੱਸਿਆਵਾਂ ਆ ਗਈਆਂ ਕਿ ਉੱਥੋਂ ਵੀ ਮੁੰਡੇ ਜਿਹੜੇ ਆ, ਜਿਹੜੇ ਤੇ ਕਹਿ ਲਓ ਕਿ ਪੜ੍ਹਨ ਲਿਖਣ ਵਾਲੇ ਆ, ਉਹ ਕੋਈ ਟੋਫਲ ਕਰਦਾ ਹੈ, ਕੋਈ ਆਈਲੈਸ ਕਰਦਾ ਹੈ, ਉਹ ਨਿਕਲਦੇ ਆ, ਜਿਹੜੇ ਰਹਿ ਜਾਂਦੇ ਆ ਮੇਰੇ ਵਰਗੇ ਉਹ ਡੰਕੀ ਲਾਉਂਦੇ ਨੇ। ਉੱਥੇ ਵੀ ਸਮੱਸਿਆਵਾਂ, ਖਾਸ ਤੌਰ ਤੇ ਕਰਨਾਲ ਨੂੰ ਤੇ ਦੂਸਰਾ ਜਲੰਧਰ ਕਿਹਾ ਜਾਂਦਾ ਹੈ, ਉੱਥੇ ਇੰਨੇ ਜ਼ਿਆਦਾ ਏਜੰਟ ਸਰਗਰਮ ਨੇ ਕਿ ਉਸਨੂੰ ਦੂਜਾ ਜਲੰਧਰ, ਜਿਵੇਂ ਦੁਆਬੇ ਦੇ ਵਿੱਚ ਆਪਾਂ ਕਹਿ ਲਓ ਕਿ ਬਈ ਹਿਜਰਤ ਕਰਨ ਵਾਲਿਆਂ ਦੀ ਇੱਕ ਰਾਜਧਾਨੀ ਬਣ ਗਈ ਸੀ, ਸਭ ਤੋਂ ਪਹਿਲਾਂ ਉੱਥੇ ਹੀ ਜ਼ਿਆਦਾ ਏਜੰਟ ਹੁੰਦੇ ਸੀ ਨਾ ਜਲੰਧਰ। ਬਿਲਕੁਲ ਬਿਲਕੁਲ, ਕਰਨਾਲ ਵੈਸਾ ਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਹੱਬ ਬਣ ਗਿਆ। ਤੇ ਜੇ ਤੁਸੀਂ ਉਹਨਾਂ ਦੀ ਬੇਰੁਜ਼ਗਾਰੀ ਦਰ ਦੇਖੋਗੇ, ਉਹਨਾਂ ਦੇ ਕੋਲ ਬਹੁਤ ਕੁਛ ਆ ਰਿਹਾ ਨੇ, ਕੋਲ ਸਾਡੇ ਨਾਲੋਂ ਅੱਗੇ ਨੇ, ਬਾਵਜੂਦ ਇਸ ਤੇ ਬੇਰੁਜ਼ਗਾਰੀ ਦਰ ਉਹਨਾਂ ਦੀ ਸਾਡੇ ਤੋਂ ਕਈ ਗੁਣਾ ਜ਼ਿਆਦਾ ਹੋ ਜਾਂਦੀ ਹੈ। ਸੋ ਇਸ ਕਰਕੇ ਉੱਥੇ ਸਮੱਸਿਆਵਾਂ ਹਰੇਕ ਇਲਾਕੇ ਦੀਆਂ ਵੱਖਰੀਆਂ ਨੇ। ਜੀ ਟੀ ਰੋਡ ਬੈਲਟ ਦੀ ਆਪਣੀ ਵੱਖਰੀ ਸਮੱਸਿਆ, ਜਾਟਲੈਂਡ ਦੀ ਆਪਣੀ ਸਮੱਸਿਆ, ਫਿਰ ਇਸ ਤੋਂ ਇਲਾਵਾ ਜੇ ਤੁਸੀਂ ਸਦਰਨ ਹਰਿਆਣੇ ਨੂੰ ਦੇਖੋਗੇ ਤਾਂ ਉਹਨਾਂ ਦੀਆਂ ਆਪਣੀਆਂ ਸਮੱਸਿਆਵਾਂ। ਤਾਂ ਕੁੱਲ ਮਿਲਾ ਕੇ ਕਹਿ ਲਓ ਕਿ ਲੋਕਲਾਈਜ਼ਡ ਹੋਇਆ ਇਹ ਇਲੈਕਸ਼ਨ ਜਿਹੜਾ ਹੈ, ਉਹ ਗਾਂ ਖੇਤਰੀ ਮੁੱਦਿਆਂ ਚ ਵੰਡਿਆ ਹੋਇਆ। ਤਾਂ ਉਹਦੇ ਚ ਕੀ ਅੱਗੇ ਜਾ ਕੇ ਫਿਰ ਆਮ ਆਦਮੀ ਪਾਰਟੀ ਆ ਜਾਂਦੀ ਹੈ, ਉਹਦੇ ਚ INLD ਤੇ ਬਸਪਾ ਦਾ ਜਿਹੜਾ ਗੱਠਜੋੜ ਉਹ ਆ ਜਾਂਦਾ ਹੈ, JJP ਦਾ ਤੇ ਚੰਦਰ ਸ਼ੇਖਰ ਦਾ ਗੱਠਜੋੜ ਆ ਜਾਂਦਾ ਹੈ। ਕਈ ਥਾਵਾਂ ਤੇ ਆਜ਼ਾਦ ਉਮੀਦਵਾਰ ਗੱਲ ਆ ਕੇ ਨਾਰਾਜ਼ ਹੋ ਕੇ, ਨਿਰਾਸ਼ ਹੋ ਕੇ ਵੀ ਖਲੋਤੇ ਆ, ਤੇ ਕਈ ਥਾਈਂ ਤਿਕੜਮ ਕਰਕੇ ਅਮਿਤ ਸ਼ਾਹ ਹੋਰਾਂ ਨੇ ਖਿਲਾਰੇ ਵੀ ਆ, ਬਿਲਕੁਲ, ਜਿਨ੍ਹਾਂ ਨੇ ਐਨ ਮੌਕੇ ਤੇ ਆ ਕੇ ਕਾਂਟਾ ਬਦਲਣਾ। ਸੋ ਇਸ ਕਰਕੇ ਸੂਰਤ ਹਾਲ ਇਹ ਆ ਕਿ ਦੈਨਿਕ ਭਾਸਕਰ ਦਾ ਜਿਹੜਾ ਸਰਵੇ ਆ ਉਹ ਇੱਕ ਗੱਲ ਤੇ ਸਾਫ ਕਰਦਾ ਕਿ ਕਾਂਗਰਸ ਅੱਗੇ ਆ, ਪਰ ਜਿਹੜੀਆਂ ਉਹ 23 ਸੀਟਾਂ ਫਸਵੀਆਂ ਦੀ ਗੱਲ ਕਰਦਾ ਕਿ ਇੱਥੇ 50-50 ਮਾਜ਼ਰਾ, 23 ਸੀਟਾਂ ਫਸੀਆਂ ਹੋਈਆਂ, ਪਰ ਉਹ 23 ਜਦੋਂ ਹਰਿਆਣੇ ਦਾ ਨਕਸ਼ਾ ਟੋਲੀਏ, ਨਕਸ਼ਾ ਖੰਗਾਲੀਏ, ਉਸ ਵੇਲੇ ਜਾਪਦੀਆਂ ਨਹੀਂ, 23 ਨਹੀਂ ਜਾਪਦੀਆਂ। ਮੈਂ ਮੇਰੀ ਨਜ਼ਰ ਦੇ ਵਿੱਚ, ਮੇਰੀ ਨੁਕਤੇ ਨਿਗਾਹ ਤੋਂ ਉਹ ਦਰਜਨ ਤੋਂ ਲੈ ਕੇ ਕੋਈ ਲਾ ਲਓ ਕਿ 1.5 ਦਰਜਨ ਤੱਕ ਹੋ ਸਕਦੀਆਂ, ਇਹਦੇ ਵਿੱਚ ਵਿਚਾਲੇ ਹੋ ਸਕਦੀਆਂ। ਤੇ ਉਹ ਵੀ ਉਹਦੇ ਚ ਵੀ ਫਿਰ ਗੱਲ ਇਹ ਆ ਕਿ ਅਸੀਂ ਅਨੁਪਾਤਕ, ਜੇ ਇਸ ਸਰਵੇ ਨੂੰ ਇਕਾਈ ਮੰਨੀਏ ਤਾਂ ਅਨੁਪਾਤਕ ਨਹੀਂ ਦੇ ਸਕਦੇ ਕਿ ਕਾਂਗਰਸ ਫਿਰ ਦੁੱਗਣੀਆਂ ਤੇ ਜੇ ਅੱਗੇ ਆ ਤਾਂ ਦੁੱਗਣੀਆਂ ਇਹਦੇ ਚੋਂ ਲੈ ਜਾਏਗੀ। ਮੈਂ ਜਿਵੇਂ ਤੁਹਾਨੂੰ ਕਿਹਾ ਕਿ 50-50 ਸੀਟਾਂ ਫਸਣ ਦਾ ਮਤਲਬ ਇਹ ਆ ਕਿ ਕਿਤੇ ਹੋ ਸਕਦਾ ਆਮ ਆਦਮੀ ਪਾਰਟੀ ਵੀ ਉੱਥੇ ਜਿੱਤ ਦੀ ਦਾਅਵੇਦਾਰ ਹੋਵੇ, ਕਿਤੇ INLD ਵੀ 2-4 ਨੇ ਜਾਂਦੀ। ਦੋਸਤੋ 9058131320 ਤੇ ਤੁਸੀਂ ਕਾਲ ਕਰ ਸਕਦੇ ਹੋ। ਮਿੰਟੂ ਜੀ, ਅੰਮ੍ਰਿਤਸਰ ਵਾਲੇ ਮਾਮਲੇ ਦੇ ਵਿੱਚ ਜਿਹੜੀ ਖਬਰ ਹੈ, ਪਤਾ ਲੱਗਾ ਕਿ ਉਹਦੇ ਵਿੱਚ 20 DGP ਤਲਬ ਹੈ। ਦੇਖੋ, DGP ਤਲਬ ਇਸ ਕਰਕੇ ਕੀਤੇ ਗਏ ਆ ਕਿਉਂਕਿ ਇੱਕ ਉੱਥੇ ਮਾਮਲਾ ਜਿਹੜਾ ਹਾਈਕੋਰਟ ਖੜਿਆ ਗਿਆ ਸੀਗਾ, ਬੀਤੇ ਦਿਨੀ ਹੋਇਆ ਕੀ ਸੀਗਾ ਕਿ ਇੱਕ ਕੋਈ ਪ੍ਰਵਾਸੀ ਯਾਨੀ ਨੌਨ ਪੰਜਾਬੀ ਵਿਅਕਤੀ ਸੀਗਾ,
ਉਸਨੇ ਜੋ ਡਿਊਟੀ ਤੇ ਕੋਈ ASI ਤੈਨਾਤ ਸੀਗਾ ਉਹਦਾ ਪਿਸਟਲ ਜਿਹੜਾ ਸੀਗਾ ਉਹ ਕੱਢ ਕੇ ਬੜੀ ਫੁਰਤੀ ਦੇ ਨਾਲ ਖੁਦ ਨੂੰ ਗੋਲੀ ਮਾਰ ਜੀ ਜੀ ਉੱਤੇ ਬਾਅਦ ਫਿਰ ਕੀ ਹੋਇਆ ਕਿ ਹਫੜਾ ਦਫੜੀ ਮੱਚ ਗਈ ਉਹਨੂੰ ਹਸਪਤਾਲ ਖੜਿਆ ਗਿਆ ਪਰ ਉਹ ਬੰਦਾ ਜਿਹੜਾ ਸੀਗਾ ਉਹ ਡੈਡ ਹੋ ਗਿਆ ਹੁਣ ਇਹਦੇ ਵਿੱਚ ਇਹ ਚੀਜ਼ ਆ ਕਿ ਹਾਈ ਕੋਰਟ ਚ ਮਸਲਾ ਖੜਿਆ ਗਿਆ ਕਿ DGP ਨੂੰ ਤਲਬ ਕਰਕੇ ਪੁੱਛੋ ਕਿ ਇਹਨਾਂ ਤੋਂ ਆਪਣਾ ਹਥਿਆਰ ਹੀ ਕਿਉਂ ਨੀ ਸਾਂਭਦਾ ਮਤਲਬ ਕਿ ਵੱਡੀ ਗੱਲ ਤੇ ਇਹੋ ਆ ਨਾ ਕਿ ਇਹ ਕਿਸ ਤਰ੍ਹਾਂ ਦੀ ਕੁਤਾਈ ਹੈ ਕਿ ਕੋਈ ਬੰਦਾ ਆਉਂਦਾ ਹੋ ਸਕਦਾ ਕਿ ਉਹਦੇ ਅੰਦਰ ਪਹਿਲਾਂ ਹੀ ਸੁਸਾਈਡਲ ਥਾਟਸ ਚੱਲ ਰਹੇ ਹੋਣ ਉਹ ਬੰਦਾ ਉਸ ਸਟੇਜ ਤੇ ਪਹੁੰਚ ਚੁੱਕਿਆ ਹੋਵੇ ਉਹਨੂੰ ਮਤਲਬ ਕਿ ਕੋਈ ਰਸਤਾ ਹੋਰ ਨਹੀਂ ਦਿਖਾਈ ਦਿੰਦਾ ਤਾਂ ਉਹ ਸੁਸਾਈਡ ਵਾਸਤੇ ਕਹਿ ਲਓ ਕਿ ਕੋਈ ਜਗ੍ਹਾ ਲੱਭ ਰਿਹਾ ਤਾਂ ਹੁਣ ਉਹਨੇ ਇਹ ਦੇਖਿਆ ਕਿ ਪਿਸਟਲ ਹੈ ਇਹਦੇ ਕੋਲ ਗੋਲੀ ਮਾਰ ਲਈ ਜਾਂ ਉਹ ਮੈਂਟਲੀ ਅਪਸੈਟ ਹੋ ਸਕਦਾ ਕੁਛ ਵੀ ਹੋ ਸਕਦਾ ਯਾਨੀ ਕਹਿਣ ਦਾ ਮਤਲਬ ਪਰ ਜੇ ਇਹ ਕੇਸ ਨੇ ਤਾਂ ਜਿਹੜਾ ਸੁਸਾਈਡਲ ਬੰਦਾ ਤਾਂ ਉਹ ਤਾਂ ਕਈ ਵਾਰ ਅੰਦਰ ਆਪਣੇ ਥਾਟ ਇਹ ਵੀ ਲੈ ਲੈਂਦਾ ਕਿ ਮੈਂ ਚਾਰ ਮਾਰ ਕੇ ਮਰ ਜਾਂਦਾ ਬਿਲਕੁਲ 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 ਕਈ ਵਾਰ ਜਿਹੜਾ ਮੈਂਟਲੀ ਅਪਸੈਟ ਹੈ ਬੰਦਾ ਫਰਜ਼ ਕਰੋ ਮੈਗਜ਼ੀਨ ਭਰਿਆ ਸੀਗਾ ਉਹ ਤੇ ਉਹ ਤਾਂ ਜਿਹੜਾ ਆਮ ਉੱਥੇ ਤੁਹਾਨੂੰ ਪਤਾ ਗਲਿਆਰੇ ਦੇ ਵਿੱਚ ਬੜਾ ਲਾਂਘਾ ਟਾਪਾ ਹੁੰਦਾ ਦਰਬਾਰ ਸਾਹਿਬ ਦੇ ਬਾਹਰਲੀ ਸਾਈਡ ਤਾਂ ਉੱਥੇ ਤਾਂ ਕਈਆਂ ਨੂੰ ਲੈ ਸਕਦਾ ਸੀਗਾ ਸੋ ਕੁਤਾਈ ਕੱਲੀ ਇਹ ਨਹੀਂ ਹੈ ਕਿ ਉਹ ਖੋ ਕੇ ਸੁਸਾਈਡ ਕਰ ਜਾਂਦਾ ਹੈ ਸਭ ਨਹੀਂ ਨਹੀਂ ਸਰ ਕੁਤਾਈ ਇਸ ਕਰਕੇ ਵੀ ਖਤਰਨਾਕ ਹੋ ਸਕਦੀ ਸੀ ਕਿ ਜੇ ਉਹ ਬੰਦਾ ਮੰਨ ਲਓ ਇਹ ਸੋਚ ਕੇ ਚੱਲ ਰਿਹਾ ਹੁੰਦਾ ਕਿ ਮੈਂ ਤਾਂ ਚਾਰ ਮਾਰ ਕੇ ਮਰਨਾ ਤਾਂ ਕਿਸੇ ਨੂੰ ਵੀ ਮਾਰ ਸਕਦਾ ਸੀ ਜਾਂ ਉਹ ਬੰਦਾ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਜੇ ਠੀਕ ਨਹੀਂ ਹੈ ਤਾਂ ਉਹ ਤਾਂ ਕਈਆਂ ਦਾ ਕਾਲ ਬਣ ਸਕਦਾ ਸੀਗਾ ਸੋ ਇਸ ਕਰਕੇ ਇਹ ਮਾਮਲਾ ਜਿਹੜਾ ਹੈ ਉਹ ਗਿਆ ਹੈ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਹੁਣ DGP ਨੂੰ ਤਲਬ ਕਰ ਲਿਆ DGP ਸਾਹਿਬ ਜਦੋਂ ਵੀ ਤਲਬ ਹੁੰਦੇ ਆ ਤੇ ਨਾਲ ਦੀ ਨਾਲ ਕਹਿ ਲਓ ਕਿ ਬੁੱਲਾਂ ਤੇ ਸਿੱਕਰੀ ਆ ਜਾਂਦੀ ਹੈ ਹਾਈ ਕੋਰਟ ਕਿਉਂਕਿ ਪੰਜਾਬ ਪੁਲਿਸ ਵਾਲੇ ਮਾਮਲੇ ਦੇ ਵਿੱਚ ਬੜਾ ਸਖਤ ਰਹਿੰਦਾ ਸੋ ਇਸ ਕਰਕੇ ਇਸ ਮਾਮਲੇ ਦੇ ਵਿੱਚ ਵੀ DGP ਸਾਹਿਬ ਤਲਬ ਹੋ ਗਿਆ 9058131320 ਇਹ ਨੰਬਰ ਹੈ ਤੁਸੀਂ ਅਗਲੇ 10 ਮਿੰਟਾਂ 'ਚ ਕੋਈ ਕਾਲ ਕਰਨਾ ਚਾਹੋ ਤਾਂ ਕਰ ਸਕਦੇ ਹੋ ਆਊਟ ਆਫ ਰੇਂਜ ਹੋ ਜਾਂਦੇ ਹੋ ਤਾਂ ਤੁਹਾਡੇ ਵਾਸਤੇ ਸਪੈਸ਼ਲ ਨੰਬਰ ਹੈ ਕੈਨੇਡਾ ਦੇ ਵਿੱਚ 647-347-1320 ਅਮੈਰੀਕਾ ਦੇ ਵਿੱਚ 641-741-1919 ਅਤੇ ਜਿਹੜੇ ਵੀਰ ਸਾਨੂੰ ਇਸ ਵਕਤ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਦੇਖ ਰਹੇ ਸੁਣ ਰਹੇ ਨੇ ਟੈਲੀਫੋਨ 'ਤੇ ਉਹਨਾਂ ਦਾ ਧੰਨਵਾਦ ਹੈ ਔਰ ਜਿਹੜੇ ਦੇਖ ਰਹੇ ਹੋ ਤੁਸੀਂ ਯੂਟਿਊਬ ਫੇਸਬੁੱਕ 'ਤੇ ਸਬਸਕ੍ਰਾਈਬ ਕਰ ਲਓ IPTV ਦਾ ਦੇਖ ਰਹੇ ਹੋ ਤਾਂ ਵੀ ਤੁਹਾਡਾ ਧੰਨਵਾਦ ਰੈਗੂਲਰ ਰੇਡੀਓ ਸੁਣ ਰਹੇ ਹੋ ਤਾਂ ਵੀ ਤੁਹਾਡਾ ਧੰਨਵਾਦ ਜੀ ਮਿੰਟੂ ਜੀ ਫਿਰੋਜ਼ਪੁਰ ਤੋਂ ਖਬਰ ਹੈਗੀ ਕਿ ਉੱਥੇ ਸਕੂਲੀ ਮੁੰਡਿਆਂ ਨੇ ਕਾਫੀ ਜ਼ਿਆਦਾ ਕਹਿਰ ਮਚਾਇਆ ਕੀ ਕਹਿਣਾ ਚਾਹੋਗੇ ਹਾਂਜੀ ਦੇਖੋ ਉੱਥੇ ਨਾ ਇੱਕ ਲੜਾਈ ਹੋਈ ਆ ਜਿਹੜਾ ਸ਼ੌਨੀ ਵਾਲਾ ਬੱਸ ਅੱਡਾ ਉੱਥੇ ਦੱਸਦੇ ਆ ਕਿ ਕੱਲ ਲੜਾਈ ਹੋਈ ਆ ਸਕੂਲੀ ਬੱਚੇ ਜਿਹੜੇ ਮਤਲਬ ਕਿ ਲਾ ਲਓ ਕਿ 10th ਵਗੈਰਾ ਵਾਲੇ ਹਾਲਾਂਕਿ ਲੜਾਈ ਅੱਗੇ ਵੀ ਹੁੰਦੀ ਸੀ ਸਕੂਲਾਂ ਚ ਐਸਾ ਨਹੀਂ ਹੈ ਕਿ ਬਈ ਇਹ ਕੋਈ ਨਵਾਂ ਕੰਮ ਆ ਅਸੀਂ ਵੀ ਲੜ ਪੈਂਦੇ ਸੀਗੇ ਸ਼ਾਇਦ ਤੁਸੀਂ ਵੀ ਲੜੇ ਹੋਵੋਗੇ ਸਕੂਲਾਂ ਚ ਐਸਾ ਇਹ ਨਹੀਂ ਹੈ ਕਿ ਬਈ ਪਹਿਲੀ ਵਾਰੀ ਵਾਪਰ ਰਿਹਾ ਹਾਂ ਇਹ ਸੀਗਾ ਕਿ 10th ਵਾਲੇ ਸਕੂਲਾਂ ਤੱਕ ਕਹਿ ਲਓ ਕਿ ਲੜਾਈ ਜਿਹੜੀ ਹੁੰਦੀ ਸੀ ਉਹ ਦੋ ਮਤਲਬ ਕਿ ਲੜ ਪਏ ਆ ਸਟੂਡੈਂਟ ਆਪਸ ਦੇ ਵਿੱਚ ਬੋਲ ਪਏ ਆ ਜਾਂ ਕਈ ਵਾਰ ਗੁੱਥਮ ਗੁੱਥੀ ਵੀ ਹੋ ਜਾਂਦੇ ਸੀਗੇ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਜਾਂ ਕਦੇ ਕਦੇ ਪਿੰਡਾਂ ਦੇ ਵਿੱਚ ਕੋਈ ਬੱਚਿਆਂ ਦਾ ਝਗੜਾ ਜਿਹੜਾ ਉਹ ਘਰਾਂ ਤੱਕ ਚਲੇ ਜਾਂਦਾ ਸੀਗਾ ਮਸਲਾ ਇਹ ਆ ਕਿ ਇਹ ਜਿਹੜੀ ਲੜਾਈ ਹੋਈ ਆ ਇੱਕ ਤੇ ਇਹ ਆ ਕਿ ਦੋਨੇ ਧੜੇ ਉੱਥੇ ਪਹੁੰਚੇ ਹੋਏ ਸਨ ਯਾਨੀ ਹੁਣ ਬੱਚਿਆਂ ਦੇ ਧੜੇ ਬੰਨੇ ਇਹੀ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਣੇ ਆਪ ਚ ਖਤਰਨਾਕ ਹੈ ਹਾਲਾਂਕਿ ਜਦੋਂ ਅਸੀਂ ਸਕੂਲ ਪਾਸ ਆਊਟ ਹੋਏ ਤੇ ਫਿਰ +1-2 ਚ ਗਏ ਉਸ ਟਾਈਮ ਲੜਾਈ ਦਾ ਮਾਹੌਲ ਬਹੁਤ ਸੀਗਾ ਉਦੋਂ ਗਰੁੱਪਿਜ਼ਮ ਬਹੁਤ ਸੀਗਾ
ਕਿਰਪਾਨਾ ਕਰਪੂਨਾ ਸਾਡੇ ਟਾਈਮ ਚੱਲਦੇ ਸੀ। ਮੈਂ ਐਵੇਂ ਕਹਾਂ ਕਿ ਨਾ ਜੀ ਉਦੋਂ ਤੇ ਬਰਸਾਤੀ ਯੁੱਗ ਸੀਗਾ, ਐਸਾ ਨਹੀਂ, ਬਹੁਤ ਚੱਲਦਾ ਸੀ ਕੰਮ, ਸਾਡੇ ਵੀ ਬਹੁਤ ਚੱਲਦਾ ਸੀਗਾ। ਪਰ ਇੱਥੇ ਹੁਣ ਥੋੜਾ ਜਿਹਾ ਕੰਮ ਜਿਹੜਾ ਉਹ ਉਤੋਂ ਵੀ ਅੱਗੇ ਜਾਂਦਾ ਜਾਪਦਾ, ਕਿਉਂ? ਕਿਉਂਕਿ ਜਿਹੜੇ ਦੋ ਗਰੁੱਪ ਭਿੜੇ ਆ ਜਿਹਨਾਂ ਦੇ ਵਿੱਚ ਇੱਕ ਤੇ ਸ਼ਾਇਦ ਮਰਨਾ ਵੀ ਪਿਆ ਹੈ, ਮੁੰਡਾ 16 ਕੁ ਸਾਲ ਦਾ ਹੀ ਆ, ਉਹਨੂੰ ਬਹੁਤ ਸੱਟਾਂ ਲੱਗੀਆਂ ਨੇ। ਦੱਸਦੇ ਆ ਕਿ ਇੱਕ ਤੜਾ ਜਿਹੜਾ ਇਹ ਪਹਿਲਾਂ ਖੜਾ ਸੀਗਾ, ਆਪਦੇ ਬੰਦੇ ਤਿਆਰ ਕਰਕੇ, ਕੋਈ ਟਾਈਮ ਟੂਮ ਵੀ ਬੰਨ ਲੈਂਦੇ ਨੇ ਅੱਜ ਕੱਲ੍ਹ, ਹਾਂਜੀ, ਤੇ ਇਹ ਟਾਈਮ ਟੂਮ ਬੱਝਾ ਹੋਏਗਾ, ਹੋ ਸਕਦਾ ਖਲੋਤੇ ਹੁਣ। ਤਾਂ ਦੂਜੇ ਜਿਹੜੇ ਆਏ ਆ, ਦੱਸਦੇ ਕਿ ਉਹਨਾਂ ਦੇ ਹੱਥਾਂ ਚ ਨਾ ਸਿਰਫ ਤੇਜ਼ਧਾਰ ਹਥਿਆਰ ਸੀ ਬਲਕਿ ਪਿਸਤੌਲ ਵਗੈਰਾ ਵੀ ਸੀ। ਤੁਸੀਂ ਇਹ ਸੋਚ ਕੇ ਦੇਖੋ ਕਿ ਬੱਚੇ ਆ ਜਿਹੜੇ, ਮੈਂ ਜਿਵੇਂ ਕਿਹਾ ਕਿ ਲੜ ਪੈਂਦੇ ਆ, ਲੜਾਈਆਂ ਪਹਿਲਾਂ ਵੀ ਹੁੰਦੀਆਂ ਆਈਆਂ ਸੀ, ਕੋਈ ਅਲੋਕਾਰੀ ਗੱਲ ਨਹੀਂ ਹੈ, ਪਰ ਬੱਚੇ ਅੱਜ ਦੇ ਨਾ ਸਿਰਫ ਤੇਜ਼ਧਾਰ ਹਥਿਆਰ ਚੱਕ ਕੇ ਬਲਕਿ ਪਿਸਤੌਲ ਉਹਨਾਂ ਕੋਲ ਕਿੱਥੋਂ ਆ ਰਹੇ ਨੇ, ਬਿਲਕੁਲ। ਇਹ ਇੱਕ ਦੇਖਣ ਤੇ ਸਮਝਣ ਵਾਲੀ ਗੱਲ ਹੈ ਕਿ ਉਹ ਘਰਾਂ ਚੋਂ ਕੱਢ ਰਹੇ ਨੇ, ਕਿ ਉਹਨਾਂ ਦੇ ਕੋਲ ਨਜਾਇਜ਼ ਨੇ, ਜੇ ਉਹ 10ਵੀਂ ਦੇ ਵਿੱਚ, ਕਿਉਂਕਿ ਇਹੀ ਉਹ ਫਿਰੋਜ਼ਪੁਰ ਆ ਜਿੱਥੇ ਇੱਕ ਟੱਬਰ ਦਾ ਟੱਬਰ ਖਤਮ ਕਰ ਦਿੱਤਾ ਗਿਆ ਸੀਗਾ, 3 ਭੈਣ ਭਰਾਵਾਂ ਨੂੰ ਮਾਰ ਦਿੱਤਾ ਗਿਆ ਸੀਗਾ ਥੋੜੇ ਦਿਨ ਪਹਿਲਾਂ, ਉਹ ਵੀ ਗੈਂਗਵਾਰ ਸੀਗਾ, ਯਾਨੀ ਉਹਦੇ ਵਿੱਚ ਨਿਰਦੋਸ਼ ਵੀ ਮਰ ਗਿਆ। ਤਾਂ ਇਹ ਫਿਰੋਜ਼ਪੁਰ ਫਿਰ ਸ਼ਹਿਰ ਦੀ ਉਹੀ ਕਹਾਣੀ ਕੁਛ ਇਸੇ ਤਰ੍ਹਾਂ ਦੀ ਹੈ ਕਿ ਤੁਸੀਂ ਦੇਖੋ ਕਿ ਸਕੂਲਾਂ ਤੋਂ ਲੈ ਕੇ ਵੱਡੀਆਂ ਗੈਂਗਾਂ ਤੱਕ ਇਹ ਝਗੜਾ ਉੱਥੇ ਚੱਲ ਰਿਹਾ। ਤਾਂ ਹੁਣ ਇਹ ਜਿਹੜਾ ਅਸਲਾ ਉਹਨਾਂ ਦੇ ਕੋਲ ਆ ਕਿ ਉਹ ਘਰਾਂ ਤੋਂ ਉਹਨਾਂ ਨੂੰ ਉਪਲਬਧ ਹੋ ਰਿਹਾ ਜਾਂ ਆਸਿਓ ਪਾਸਿਓ, ਮੈਂ ਅੱਜ ਪੜ੍ਹ ਰਿਹਾ ਸੀਗਾ ਵੈਸੇ ਗਲੋਕ ਬਾਰੇ, ਗਲੋਕ ਬੜੇ ਫੜੇ ਜਾਂਦੇ ਆ ਸਾਡੇ ਤੇ, ਗਲੋਕ ਆਸਟਰੀਆ ਦਾ ਇੱਕ ਕਹਿ ਲਓ ਕਿ ਬੜਾ ਮਾਰੂ ਹਥਿਆਰ ਹੈ, ਤੇ ਉਹ ਹੁਣ ਇੰਨੀਆਂ ਇੱਥੇ ਰਿਕਵਰੀਆਂ ਹੋ ਰਹੀਆਂ, ਇੰਨੀਆਂ ਰਿਕਵਰੀਆਂ ਹੋ ਰਹੀਆਂ, ਜੇ ਕੋਈ ਹੈਰੋਇਨ ਨਾਲ ਫੜਿਆ ਜਾਂਦਾ ਕਹਿੰਦੇ ਜੀ ਗਲੋਕ ਆ ਉਹਦੇ ਕੋਲੇ, ਜੇ ਕੋਈ ਉਹਦਾ ਲੁੱਟ ਖਸੁੱਟ ਚ ਫੜਿਆ ਜਾਂਦਾ ਕਹਿੰਦੇ ਜੀ ਗਲੋਕ ਹੈ ਉਹਦੇ ਕੋਲੇ। ਗਲੋਕ ਮਤਲਬ ਕਿ ਕਿਸੇ ਸਮੇਂ ਦਾ ਇੱਕ ਬੜਾ ਪਹੁੰਚ ਤੋਂ ਦੂਰ, ਆਮ ਬੰਦੇ ਦੀ ਪਹੁੰਚ ਤੋਂ ਦੂਰ ਹਥਿਆਰ ਸੀਗਾ, ਜਿਹਦੇ ਚ ਮੇਰੇ ਖਿਆਲ ਦੇ ਨਾਲ ਕਹਿ ਲਓ ਕਿ ਸ਼ਾਇਦ 34 ਕਿ 36 ਤੱਕ ਦਾ ਵੀ ਮੈਗਜ਼ੀਨ ਪੈ ਜਾਂਦਾ। ਓਏ ਹੋਏ, ਤਾਂ ਉਹ 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 ਜਿਹੜਾ ਮਤਲਬ ਕਿ ਹਥਿਆਰ ਹੈ ਉਹ ਆਮ ਪਹੁੰਚ ਦੇ ਵਿੱਚ ਹੈ। ਸੋ ਇਸ ਕਰਕੇ ਇਹ ਥੋੜਾ ਕੰਸਰਨਡ ਵਿਸ਼ਾ ਹੈ, ਸਾਨੂੰ ਸੋਚਣਾ ਪਵੇਗਾ ਕਿ ਬੱਚੇ ਕਿੱਧਰ ਨੂੰ ਜਾ ਰਹੇ ਆ। ਸਾਡੇ ਸ਼ਹਿਰ ਦੇ ਵਿੱਚ ਜਿੱਥੇ ਮੇਰਾ ਦਫ਼ਤਰ ਹੈ, ਮਤਲਬ ਕਿ ਉਹ ਇੱਕ ਮਾਲ ਹੈ ਬਹੁਤ ਵੱਡਾ, ਪਲਾਜ਼ਾ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਉਹ ਉੱਥੇ ਖੁੱਲਾ ਕਹਿ ਲਓ ਕਿ ਥਾਂ ਆ, 2-3 ਲੜਾਈਆਂ ਸੀ ਆ 3 ਕੁ ਸਾਲਾਂ 'ਚ ਉੱਥੇ ਦੇਖੀਆਂ। ਜਿੱਦਾਂ ਮਤਲਬ ਕਿ ਹਰੇਕ ਸ਼ਹਿਰ ਦੀ ਹੀ ਇਹ ਕਹਾਣੀ ਹੈਗੀ ਆ, ਪਰ ਪਿਸਟਲਾਂ ਤੱਕ ਪਹੁੰਚ ਜਾਣਾ ਸਟੂਡੈਂਟਾਂ ਦਾ ਮੇਰੇ ਖਿਆਲ ਦੇ ਨਾਲ ਕਾਫ਼ੀ ਸੋਚਣ ਵਿਚਾਰਨ ਦਾ ਵਿਸ਼ਾ ਸੀ। ਜਮਾਤ 320 ਮਿੰਟ ਬੈਂਡ ਸਮਾਂ ਆਪਣੀ ਚਾਲੇ ਚੱਲਦਾ ਜਾ ਰਿਹਾ, ਕਾਲਰ ਨੇ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਆ। ਵੈਲਕਮ ਜੀ। ਹੈਲੋ ਚਾਵਲਾ ਸਰ, ਸਤਿ ਸ੍ਰੀ ਅਕਾਲ। ਚਾਵਲਾ ਸਾਹਿਬ, ਪਾਕਿਸਤਾਨ ਤੋਂ ਜ਼ਿਆਦਾ ਆਬਾਦੀ ਯੂਪੀ ਦੀ ਹੈਗੀ ਹੈ, 3 ਕਰੋੜ ਆਬਾਦੀ ਯੂਪੀ ਦੀ ਜ਼ਿਆਦਾ ਹੈਗੀ ਹੈ, 26 ਕਰੋੜ ਦੇ ਕਰੀਬ ਬਾਬੇ ਨੇ ਠਾ ਠਾ ਕਰਕੇ ਯੂਪੀ ਨੂੰ ਕੰਟਰੋਲ ਕਰ ਲਿਆ, ਇਹ ਗਲਤ ਹੈਗਾ, ਪਲੀਜ਼ ਚਾਨਣਾ ਪਾਓ ਇਸ ਤੇ। ਥੈਂਕ ਯੂ। ਠਾ ਠਾ ਕਰਕੇ ਮਤਲਬ ਕਿੰਨੇ ਕੁ ਠਾ ਠਾ ਕਰ ਲਏ ਹੋਣਗੇ, ਇੱਦਾਂ ਨਹੀਂ ਗਿਣਤੀ ਘੱਟਦੀ ਹੁੰਦੀ, ਤੁਸੀਂ ਜਿੱਧਰ ਇਸ਼ਾਰਾ ਕਰਕੇ ਗਏ ਹੋ ਕਿੰਨੇ ਕੁ ਮਾਰਤੇ ਹੋਣਗੇ। ਗੈਂਗਸਟਰ ਹੀ ਆ, ਉਹਨਾਂ ਦੇ ਕਿਹਾ ਸੀ ਜਾਂ ਛੱਡ ਜਾਓ ਭੱਜ ਜਾਓ, ਨਹੀਂ ਤਾਂ ਫਿਰ ਕੰਮ ਛੱਡ ਜਾਓ, ਨਹੀਂ ਤਾਂ ਦੂਰ ਚੱਲ ਜਾਓ, ਨਹੀਂ ਤਾਂ ਬੰਦੇ ਬਣ ਜਾਓ, ਉੱਧਰ ਨੂੰ ਇਸ਼ਾਰਾ ਕਰ ਰਹੇ ਨੇ। ਮੈਂ ਗੱਲ ਕਹਿਣੀ ਚਾਹਾਂਗਾ, ਇਹਨਾਂ ਨੂੰ ਮੈਂ ਜਵਾਬ ਦੇਵਾਂਗਾ ਕਿ ਠਾ ਠਾ ਦੇ ਵਿੱਚ ਵੀ ਸਰ ਹੁਣ ਰਿਜ਼ਰਵ ਕੋਟਾ ਆਇਆ, ਇੱਥੇ ਪਹਿਲਾਂ ਐਨਕਾਊਂਟਰ ਦੇ ਵਿੱਚ ਮਾਰਿਆ ਸੀਗਾ ਯਾਦਵ। ਜੇ ਠਾ ਠਾ ਦੀ ਗੱਲ ਚੱਲੀ ਆ, ਹੁਣ ਧਿਆਨ ਨਾਲ ਸੁਣਿਓ ਤੇ ਵੱਡੇ ਜਿਗਰੇ ਨਾਲ ਸੁਣਿਓ, ਪਹਿਲਾਂ ਇੱਕ ਡਕੈਤੀ ਕੇਸ ਦੇ ਵਿੱਚ ਮੰਗੇਸ਼ ਯਾਦਵ ਨੂੰ ਮਾਰਿਆ, ਯਾਦਵਾਂ ਨੇ ਰੌਲਾ ਪਾਇਆ ਕਿ ਸਪੈਸ਼ਲ ਟਾਸਕ ਫੋਰਸ ਨਹੀਂ ਇਹ, ਸਪੈਸ਼ਲ ਠਾਕੁਰ
ਫੋਰਸ ਆ ਜਿਹਦੇ ਚ ਠਾਕਰ ਭਰਤੀ ਕੀਤੇ ਆ ਤੇ ਉਹ ਚੁਣ ਚੁਣ ਕੇ ਯਾਦਵਾਂ ਨੂੰ ਮਾਰ ਰਹੇ ਤੇ ਕੱਲ ਕੇ ਪਰਸੋਂ ਆ ਅਨੁਜ ਪ੍ਰਤਾਪ ਸਿੰਘ ਉਸੇ ਕੇਸ ਦੇ ਵਿੱਚ ਮਾਰ ਦਿੱਤਾ ਜਿਹਦੇ ਤੇ ਇੱਕ ਮੁਕਦਮਾ ਦਰਜ ਸੀਗਾ ਸਿੰਗਲ ਅਨੁਜ ਪ੍ਰਤਾਪ ਸਿੰਘ ਨੂੰ ਮਾਰ ਦਿੱਤਾ ਤੇ ਲੋਕ ਹੁਣ ਕਹਿੰਦੇ ਆ ਕਿ ਇਹ ਠਾਕੁਰ ਸੀ ਜਦੋਂ ਗਾਂ ਜਿਮਨੀ ਚੋਣਾਂ ਚ ਦੇਖਿਆ ਸਾਡਾ ਨੁਕਸਾਨ ਹੋਏਗਾ ਇੱਕ ਠਾਕੁਰ ਮਾਰ ਦਿੱਤਾ ਯਾਨੀ ਕਿ ਤੁਸੀਂ ਇਨਕਾਊਂਟਰਾਂ ਚ ਵੀ ਕੋਟਾ ਲੈ ਕੇ ਆ ਗਏ ਤੁਸੀਂ ਮੈਨੂੰ ਨੀ ਪਤਾ ਸਰਦਾਰ ਸਾਹਿਬ ਕਿੱਥੇ ਰਹਿੰਦੇ ਨੇ ਕਿਸ ਮੁਲਕ ਚ ਰਹਿੰਦੇ ਨੇ ਕਿਸੇ ਵਿਕਸਿਤ ਮੁਲਕ ਚ ਜੇ ਰਹਿੰਦੇ ਹੋ ਜਾਂ ਸਭਿਅਕ ਸੋਸਾਇਟੀ ਚ ਰਹਿੰਦੇ ਹੋ ਕੀ ਇਸ ਰਿਜ਼ਰਵ ਕੋਟੇ ਨੂੰ ਤੁਸੀਂ ਜਾਇਜ਼ ਮੰਨਦੇ ਹੋ ਸਿੰਗਲ ਮੁਕਦਮਾ ਹੋਵੇ ਉਸਨੂੰ ਵੀ ਮਾਰ ਦਿੱਤਾ ਜਾਵੇ ਤੇ ਜਿਹੜਾ 35 ਮੁਕਦਮਿਆਂ ਵਾਲਾ ਉਸੇ ਗਰੋਹ ਦਾ ਮੁਖੀ ਹੋਵੇ ਮੈਂ ਨਾਂ ਵੀ ਦੱਸ ਦੇਣਾ ਵਿਪਨ ਕੁਮਾਰ ਸਿੰਘ ਠਾਕੁਰ ਹੈ ਉਹਨੂੰ ਇਹ ਬਾ ਅਦਬ ਹੱਥ ਘੜੀ ਲਾ ਕੇ ਫੜ ਲਿਆ ਜਾ ਤਾਂ ਮੇਰੇ ਖਿਆਲ ਦੇ ਨਾਲ ਠਾ ਠਾ ਕਹਿਣ ਲੱਗਿਆ ਸਾਨੂੰ ਸੋਚਣਾ ਚਾਹੀਦਾ ਬਿਲਕੁਲ ਸਹੀ ਕਿਹਾ ਤੁਸੀਂ ਔਰ ਜਿਹੜੇ ਮਤਲਬ ਵੱਡੇ ਵੱਡੇ ਨੇ ਨਾਮੀ ਗ੍ਰਾਮੀ ਅੰਦਰ ਬੈਠੇ ਨੇ ਇਹ ਰਹਿੰਦੇ ਤੇ ਕੈਨੇਡਾ ਚ ਹੈ ਜੀ 4162 ਆਪਣੇ 5918 ਨੰਬਰ ਇਹਨਾਂ ਦਾ ਖੈਰ ਮੈਨੂੰ ਜੀ ਆਖਰੀ ਕੁਐਸਚਨ ਬੁੱਢੇ ਨਾਲੇ ਦਾ ਵਿਵਾਦ ਪਹਿਲਾਂ ਪਿੱਛੇ ਜੇ ਸੀਗਾ ਖੜਾ ਹੋਇਆ ਪਤਾ ਲੱਗਾ ਕਿ ਬੁੱਢੇ ਦਰਿਆ ਨੂੰ ਬੰਨ ਮਾਰਨ ਦਾ ਐਲਾਨ ਕਰਤਾ ਕੀ ਕਹਿਣਾ ਚਾਹੋਗੇ ਭਾਈ ਐਲਾਨ ਹੀ ਹੁੰਦੇ ਇੱਕ ਵਾਰੀ ਮੋਹਕਮ ਸਿੰਘ ਹੋਰੀ ਸੀ ਸ਼ਾਇਦ ਇਹਨਾਂ ਨੇ ਐਲਾਨ ਕਰ ਦਿੱਤਾ ਕਹਿੰਦੇ ਰਾਜਸਥਾਨ ਵਾਲੀ ਅਸੀਂ ਨਹਿਰ ਹੀ ਬੰਦ ਕਰਾਂਗੇ ਅੱਛਾ ਚਾਰ ਕੁ ਕਈਆਂ ਲੈ ਕੇ ਚੱਲੇ ਉਹਨਾਂ ਨੇ ਫੜਨੇ ਗੱਲ ਇਹ ਆ ਕਿ ਭਾਈ ਹੁਣ ਦਰਿਆਵਾਂ ਨੂੰ ਨੱਕੇ ਚਾਹੇ ਕੋਈ ਛੋਟਾ ਕੰਮ ਤੇ ਹੈ ਨੀ ਗਾ ਸਾਰਾ ਜੀ ਗੱਲ ਆ ਕਿ ਸਰਕਾਰ ਫੇਲ ਹੋਈ ਹੈ ਤੇ ਤਾਂ ਹੀ ਐਲਾਨ ਹੋ ਰਹੇ ਆ ਨਾ ਇਹਦੇ ਵਿੱਚ ਜਿਹੜੀ ਆ ਮੂਵੀ ਚੱਲ ਰਹੀ ਆ ਸੁੱਚਾ ਸੂਰਮਾ ਉਹਦੇ ਡਾਇਰੈਕਟਰ ਹੈ ਜਿਹੜੇ ਮਤੋਜ ਮਾਨ ਉਹ ਵੀ ਇਸੇ ਕਹਿ ਲਓ ਕਿ ਜਥੇ ਦੇ ਵਿੱਚ ਸ਼ਾਮਿਲ ਹੈ ਜੋ ਇਹ ਲੜਾਈ ਲੜ ਰਿਹਾ ਤੇ ਦੂਜੇ ਪਾਸੇ ਕੁਛ ਵਾਤਾਵਰਨ ਪ੍ਰੇਮੀ ਲੱਖਾ ਸਿਧਾਣਾ ਉਹ ਸਾਰੇ ਕਿਉਂਕਿ ਉਹਨਾਂ ਨੇ ਇੱਕ ਜੂਨ ਚ ਪ੍ਰੋਗਰਾਮ ਦਿੱਤਾ ਸੀਗਾ ਹੁਣ ਜਦੋਂ ਸਰਕਾਰ ਗੱਲ ਗੌਲ ਹੀ ਨਹੀਂ ਰਹੀ ਦੇਖੋ ਜੁੜਿਆ ਤੇ ਮਾਮਲਾ ਸਿਹਤ ਨਾਲ ਆ ਇਹ ਪਾਣੀ ਜਿਹੜਾ ਆ ਉਹ ਗਾਂ ਲੋਕਾਂ ਦੀਆਂ ਰਗਾਂ ਚ ਜਾਂਦਾ ਲੋਕਾਂ ਦੇ ਅੰਦਰ ਜਾਂਦਾ ਜੀ ਨੁਕਸਾਨ ਕਰਦਾ ਡੰਗਰਾਂ ਨੂੰ ਵੀ ਕਈ ਥਾਂ ਤੇ ਨਹੀਂ ਪਿਆਇਆ ਜਾ ਸਕਦਾ ਇੰਨਾ ਗੰਦਾ ਪਾਣੀ ਆ ਹੁਣ ਗੱਲ ਇਹ ਆ ਕਿ ਸਰਕਾਰ ਦਾ ਇਹ ਕੰਮ ਸੀਗਾ ਨਾ ਕਿ ਤੁਸੀਂ ਇੰਨਾ ਬਜਟ ਦਿੱਤਾ ਹੈ ਇੰਨੇ ਤੁਸੀਂ ਉੱਥੇ ਪਲਾਂਟ ਲਾਏ ਆ ਬਾਵਜੂਦ ਇਸ ਤੇ ਕਿਉਂ ਨਹੀਂ ਹੋ ਰਿਹਾ ਸਾਲਾਂ ਬੱਧੀ ਸਮਾਂ ਜਿਹੜਾ ਗੁਜ਼ਰ ਗਿਆ ਤਾਂ ਹੁਣ ਇਹਨਾਂ ਨੇ ਇੱਕ ਆਪਦਾ ਪ੍ਰੋਗਰਾਮ ਐਕਸ਼ਨ ਪ੍ਰੋਗਰਾਮ ਉਲੀਕ ਦਿੱਤਾ ਹੈ ਕਿ ਫਿਰੋਜ਼ਪੁਰ ਰੋਡ ਤੋਂ ਬੰਨ ਮਾਰਨ ਦੀ ਅਸੀਂ ਮਤਲਬ ਕਿ ਪ੍ਰਕਿਰਿਆ ਜਿਹੜੀ ਉਹ ਸਟਾਰਟ ਕਰ ਦੇਵਾਂਗੇ ਕਾਲੇ ਪਾਣੀ ਵਾਲਾ ਜਿਹੜਾ ਮੋਰਚਾ ਕਿ ਬੁੱਢੇ ਦਰਿਆ ਨੂੰ ਬੰਨ ਹੀ ਲਾ ਦਿਓ ਚਲੋ ਆਪੇ ਫਿਰ ਪਿੱਛੇ ਖਿਲਰਦਾ ਦੇਖੀ ਜਾਏ ਕਿੱਧਰ ਨੂੰ ਜਾਂਦਾ ਤਾਂ ਗੱਲ ਇਹ ਆ ਕਿ ਇਹ ਨੌਬਤ ਜਿਹੜੀ ਆ ਉਹ ਆਈ ਉਹ ਇਸ ਕਰਕੇ ਆ ਕਿ ਸਰਕਾਰ ਨੇ ਕਦੇ ਵੀ ਇਹਨਾਂ ਚੀਜ਼ਾਂ ਤੇ ਸ਼ਿੱਦਤ ਦੇ ਨਾਲ ਕੰਮ ਨਹੀਂ ਕੀਤਾ ਹਾਲਾਂਕਿ ਮੇਰਾ ਮੰਨਣਾ ਕਿ ਪਾਣੀ ਇਕੱਲਾ ਇੱਥੋਂ ਮਲੀਨ ਨਹੀਂ ਹੁੰਦਾ ਹੁਣ ਸਮੱਸਿਆ ਹਿਮਾਚਲ ਚੋਂ ਸਟਾਰਟ ਹੋ ਜਾਂਦੀ ਆ ਹਾਂ ਇਹ ਆ ਕਿ ਉੱਥੇ ਥੋੜਾ ਪਾਣੀ ਗੰਦਾ ਸੀਵਰੇਜ ਦਾ ਪਾਣੀ ਜਾਂ ਇੰਡਸਟਰੀ ਦਾ ਪਾਣੀ ਜਿਹੜਾ ਉਹ ਅੱਜ ਜੇ ਤੁਸੀਂ ਦੇਖੋਗੇ ਤਾਂ ਬੱਦੀ ਵਾਲੀ ਸਾਈਡ ਤੋਂ ਹੀ ਡਿੱਗਣਾ ਸਟਾਰਟ ਹੋ ਜਾਂਦਾ ਦਰਿਆਵਾਂ ਚ ਇੱਕ ਕਾਲਰ ਨੇ ਮਿੰਟੂ ਜੀ ਕੁਇਕਲੀ ਵੈਲਕਮ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਚਾਵਲਾ ਜੀ ਜਿੱਦਾਂ ਹਰਿਆਣਾ ਦੀ ਇਲੈਕਸ਼ਨ ਹੋ ਰਿਹਾ ਨਾ ਹੁਣ ਉੱਥੇ ਦੇਖਿਆ ਕਿ ਉੱਥੋਂ ਦੀ ਕੋਈ ਪਾਰਟੀ ਨਾ ਲੋਕਲ ਪਾਰਟੀ ਨਾ ਨੈਸ਼ਨਲ ਪਾਰਟੀ ਕੋਈ ਪਾਣੀ ਦਾ ਨਾਂ ਨੀ ਲੈ ਰਹੀ ਪੰਜਾਬ ਚ ਜਦੋਂ ਵੀ ਇਲੈਕਸ਼ਨ ਹੁੰਦੇ ਆ ਇਹ ਪਾਣੀ ਦਾ ਮੁੱਦਾ ਫਲਾਨਾ ਮੁੱਦਾ ਇਹ ਲੋਕਾਂ ਨੂੰ ਭਟਕਾਉਣ ਲਈ ਹੈ ਜਾਂ ਕੁਛ ਅਸਲੀਅਤ ਵੀ ਹੈਗਾ ਮਿਹਰਬਾਨੀ ਥੈਂਕ ਯੂ ਮਿੰਟੂ ਜੀ
ਸਰ ਸਾਨੂੰ ਨੀ ਪਤਾ ਕਿ ਉੱਥੇ ਕੋਈ ਪਾਣੀ ਦਾ ਮੁੱਦਾ ਕੋਈ ਵੱਡੇ ਤੌਰ ਤੇ ਕਿ ਚੁੱਕਿਆ ਕਿ ਨਹੀਂ ਚੁੱਕਿਆ, ਪਰ ਉਹ ਤਾਂ ਚੁੱਕਦੇ ਹੀ ਰਹਿੰਦੇ ਆ। ਉਹ ਤਾਂ ਹੁੱਡਾ ਹੋਵੇ ਚਾਹੇ ਤੁਸੀਂ ਦੇਖੋ ਆਮ ਆਦਮੀ ਪਾਰਟੀ ਵਾਲੇ ਹੋਣ ਤੇ ਚਾਹੇ ਭਾਜਪਾ ਵਾਲੇ ਹੋਣ, ਉਹ ਤਾਂ ਪਾਣੀ ਦੀ ਡਿਮਾਂਡ ਕਰਦੇ ਹੀ ਨੇ, ਪਾਣੀ ਦਾ ਮੁੱਦਾ ਚੁੱਕਦੇ ਨੇ ਸਭ। ਆਪਾਂ ਥੋੜਾ ਨਜ਼ਰ ਅੰਦਾਜ਼ ਕਰ ਦਿੰਦੇ ਉੱਥੋਂ ਦੀ ਰਾਜਨੀਤੀ ਨੂੰ, ਉਹ ਤਾਂ ਚੁੱਕਦੇ, ਉਹਨਾਂ ਦਾ ਸਟੈਂਡ ਤਾਂ ਕਲੀਅਰ ਹੈ, ਬਿਲਕੁਲ ਬਿਲਕੁਲ। ਸਟੈਂਡ ਤਾਂ ਜਾ ਕੇ ਪੰਜਾਬੀਆਂ ਦਾ ਫਸਦਾ ਜਦੋਂ ਮਾਨ ਸਾਹਿਬ ਉੱਥੇ ਜਾਂਦੇ ਆ, ਪਾਣੀ ਦੀ ਗੱਲ ਇਹ ਨਹੀਂ ਕਰਦੇ ਸਮਾਂ ਦੀ, ਉਹ ਤਾਂ ਕਹਿੰਦੇ ਆ ਕਿ ਸਾਡਾ ਹੱਕ ਬਣਦਾ, ਸਾਡਾ ਹੱਕ ਇੱਥੇ ਰੱਖ ਜੀ। ਧੰਨਵਾਦ, ਸਮਾਂ ਆ ਗਿਆ ਨਹੀਂ ਦੇ ਰਿਹਾ ਦੋਸਤੋ, ਕੱਲ ਫੇਰ ਮਿਲਾਂਗੇ, ਸਭ ਕੁਝ ਠੀਕ ਰਿਹਾ, 9:30 to 10:30 ਏਸ਼ੀਅਨ ਵਿਜ਼ਨ ਤੇ 10:30 to 12 ਰੰਗਲਾ ਪੰਜਾਬ। ਬਹੁਤ ਬਹੁਤ ਸ਼ੁਕਰੀਆ ਮਿੰਟੂ ਜੀ, ਥੈਂਕ ਯੂ, ਦਿਓ ਜੀ ਛੁੱਟੀਆਂ। You're listening to CNN Toronto, Chawla News Network Toronto.